ਇਬਰਾਜ ਕਹਿੰਦਾ ਵੀ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਦੇ ਕੌਤਕ ਭਾਗ ਦੋ ਗਿਆਨੀ ਜਾਂ ਜ਼ਿੰਮੇਵਾਰ। ਭਾਈ ਰਣਜੀਤ ਸਿੰਘ ਜੀ ਨੇ ਆਪਣੇ ਇਕ ਦੀਵਾਨ ਚ ਗੁਰਮਤਿ ਵਿਚਾਰ ਕਰਦਿਆਂ ਇਹ ਆਖਿਆ ਕਿ ਅੱਜ ਗਿਆਨੀ ਬਣਨ ਬਣਾਉਣ ਦੀ ਲੋੜ ਨਹੀਂ, ਸਿਰਫ ਜ਼ਿੰਮੇਵਾਰੀ ਚੱਕਣ ਦੀ ਲੋੜ ਆ। ਪਹਿਲਾਂ ਇਹ ਅਪਗ੍ਰੇਡ ਜੁੰਡਲੀ ਇਹ ਕਹਿ ਚੁੱਕੀ ਹੈ ਕਿ ਗੁਰਬਾਣੀ ਚ ਅਤਕਥਨੀਆਂ ਦਰਜ ਆ, ਗੁਰੂ ਸਾਹਿਬ ਆਪਣੇ ਜੀਵਨ ਕਾਲ ਦੌਰਾਨ ਗਲਤ ਫੈਸਲੇ ਕਰਦੇ ਰਹੇ ਆ, ਐਸੇ ਪਹਿਲਾਂ ਵੀ ਲਿਖ ਚੁੱਕੇ ਹਾਂ, ਅਸੀਂ ਪਹਿਲਾਂ ਵੀ ਲਿਖ ਚੁੱਕੇ ਹਾਂ ਕਿ ਇਹ ਸਭ ਇਕ ਸੋਚੀ ਸਮਝੀ ਸਾਜਿਸ਼ ਅਧੀਨ ਕੀਤਾ ਜਾ ਰਿਹਾ ਬਰਾਜ ਦਾ ਦਿਮਾਗ ਆ, ਸਿੱਖਾਂ ਨੂੰ ਗੁਰਬਾਣੀ ਨਾਲੋਂ ਦੂਰ ਕਰਨ ਦੇ ਲਈ। ਜਦੋਂ ਨਾ ਜਾਗਰੂਕ ਸਾਡੇ ਖਿਆਲ ਰੱਖਿਓ, ਜਦੋਂ ਜਾਗਰੂਕ ਨਾਨਕ ਸਰੀਆਂ ਬਾਰੇ ਇਨ੍ਹਾਂ ਬਾਰੇ ਕਹਿੰਦੇ ਸੀ ਵੀ ਕੋਤਰੀਆਂ ਜੀ ਲੜੀ ਚ ਕਰੀ ਜਾਂਦੇ ਆ, ਇਹ ਸੰਪਟ ਉਹ ਟਕਸਾਲੀ ਦੇ ਨਾਨਕ ਸਰੀਏ ਕਹਿੰਦੇ ਸੀ ਗੁਰਬਾਣੀ ਨਾਲੋਂ ਦੂਰ ਕਰਨਾ ਚਾਹੁੰਦੇ ਆ। ਬਿਲਕੁਲ, ਜਦੋਂ ਇਨ੍ਹਾਂ ਨੇ ਨਿਤਨੇਮ ਬਾਰੇ ਗੱਲ ਕੀਤੀ ਵੀ ਬਾਣੀਆਂ ਤਿੰਨ ਹੁੰਦੀਆਂ, ਪੰਜ ਨੀ ਨਿਤਨੇਮ ਦੀਆਂ, ਉਹ ਕਹਿੰਦੇ ਬਾਣੀ ਤੋਂ ਦੂਰ ਕਰਨਾ ਚਾਹੁੰਦੇ ਆ ਇਹ। ਹਾਂਜੀ, ਤੇ ਬਾਣੀ ਪੜ੍ਹ ਲਓ ਕੋ ਬੰਦਾ ਤੰਗ ਕੀ ਆ, ਬੰਦਾ ਹੀ ਕਰੂਗਾ। ਜਦੋਂ ਇੰਨੀ ਸਾਡਿਆਂ ਨੇ ਰੌਲਾ ਪਾਇਆ ਸੀ ਅੱਜ ਤੋਂ 40-50 ਸਾਲ ਪਹਿਲਾਂ ਵੀ ਜਿਹੜੀ ਰਹਿਰਾ ਸਾਹਿਬ ਆ ਉਹ ਸੋਦਰ ਤੋਂ ਸ਼ੁਰੂ ਹੁੰਦੀ ਆ, ਦੁੱਖ ਦਾਰੂ ਤੋਂ ਨਹੀਂ। ਹਾਂਜੀ, ਅਗਲੇ ਕਹਿੰਦੇ ਇੱਕ ਸ਼ਲੋਕ ਵਾਧੂ ਪੜੂਗਾ ਬੰਦਾ, ਬੰਦਾ ਹੀ ਪੜਦਾ, ਬਾਣੀ ਤੋਂ ਕਦੇ ਦੂਰ ਕਰਦੇ ਆ। ਬਿਲਕੁਲ ਠੀਕ ਹੈ। ਹੁਣ ਨਿਯਮ ਦੀ ਇਹਨਾਂ ਦੇ ਲਈ ਕੋਈ ਕੋਈ ਆਪਣੇ ਆਪ ਦੇ ਵਿੱਚ ਗੱਲ ਇਹ ਆ ਵੀ ਗੁਰਬਾਣੀ ਨੂੰ ਆਪਣੇ ਸਵਾਰਥ ਲਈ ਨਾ ਵਰਤੋ, ਗੁਰਬਾਣੀ ਸਾਡੇ ਲਈ ਆਪਣੀਆਂ ਦੁਸ਼ਮਣੀਆਂ ਕੱਢਣ ਦਾ ਸਾਧਨ ਨਹੀਂ ਹੈ, ਤੇ ਅਸੀਂ ਤੈਅ ਕਰੀਏ ਤੇ ਕਿਹਨੂੰ ਮੈਂ ਨਾਮਦੇਵ ਬਣਾਉਣਾ ਆ ਤੇ ਕਿਹਨੂੰ ਨਾਮਦੇਵ ਦੀ ਮਾਤਾ ਰੱਖਣਾ ਆ। ਮਤਲਬ ਮੇਰਾ ਕਿਸੇ ਨਾਲ ਝਗੜਾ ਹੋ ਗਿਆ ਤੇ ਮੈਂ ਫੈਸਲਾ, ਜੇ ਮੇਰਾ ਝਗੜਾ ਆ ਫਿਰ ਮੈਂ ਫੈਸਲਾ ਕਰੂੰਗਾ ਤੇ ਸਰਜੇ ਮੇਰਾ ਬਲਜਿੰਦਰ ਦਾ ਝਗੜਾ ਹੋ ਗਿਆ। ਹਾਂਜੀ, ਹੁਣ ਮੈਂ ਦੇਖਣਾ ਆ ਵੀ ਗੁਰਬਾਣੀ ਚੋ ਮੈਂ ਭਗਤ ਪ੍ਰਹਲਾਦ ਵਾਲੀ ਪੰਕਤੀ ਚੱਕ ਕੇ, ਹਾਂਜੀ, ਵੀ ਮੈਂ ਹਰਨਾਕਸ਼ ਕਿਹਨੂੰ ਰੱਖਣਾ ਆ ਤੇ ਪ੍ਰਹਲਾਦ ਕਿਹਨੂੰ ਬਣਾਉਣਾ। ਠੀਕ ਆ ਜੀ, ਉਹ ਮੈਂ ਕਰਨਾ ਫੈਸਲਾ। ਹਾਂਜੀ, ਹੁਣ ਜਦੋਂ ਬਲਜਿੰਦਰ ਨੇ ਕਰਨੀ ਆ ਪੰਕਤੀ ਚੱਕਣੀ ਆ, ਹੁਣ ਫਿਰ ਉਹ ਆਪ ਕਹਿਣਾ ਮੈਂ ਕਰਨਾ ਫੈਸਲਾ। ਹਾਂਜੀ ਹਾਂਜੀ, ਫਿਰ ਇੱਕ ਸੱਚ ਮੇਰਾ ਹੋ ਜਾਣਾ, ਇੱਕ ਸੱਚ ਉਹਦਾ ਹੋ ਜਾਣਾ, ਇੱਕ ਗੁਰਬਾਣੀ ਮੇਰੀ ਹੋ ਜਾਣੀ ਆ, ਇੱਕ ਉਹਦੀ ਹੋ ਜਾਣੀ ਆ। ਜਦਕਿ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਪਾਤਸ਼ਾਹੀਆਂ ਨੇ ਗੁਰਬਾਣੀ ਇਸ ਕਰਕੇ ਨਹੀਂ ਲਿਖੀ, ਬਿਲਕੁਲ, ਤੇ ਮੈਂ ਆਪਣੀ ਗੁਰਬਾਣੀ ਬੋਲਾਂ ਤੇ ਹੋਰ ਕੋਈ ਆਪਣੀ ਬੋਲੇ। ਇਸ ਕਰਕੇ ਕਹੀਦਾ ਵੀ ਗੁਰਬਾਣੀ ਜਿਹੜੀ ਆ ਉਹਦੀ ਦਰਵਰਤੋਂ ਅਤਕਥਨੀਆਂ ਦੀ ਵੀ ਜਿਹੜੀ ਗੱਲ ਆ ਉਹ ਜੇ ਨਹੀਂ ਭਾਈ ਸਮਝ ਆ ਰਹੀ, ਅਸੀਂ ਤਾਂ ਕਹਿੰਦੇ ਆ ਵੀ ਜਿਸ ਤਰੀਕੇ ਨਾਲ ਤੁਸੀਂ ਵਰਤ ਰਹੇ ਗੁਰਬਾਣੀ ਨੂੰ ਅਤਕਥਨੀਆਂ, ਉਹ ਇੱਦਾਂ ਹੋ ਹੀ ਨਹੀਂ ਸਕਦੀ। ਜੇ ਜੇ ਨਿਯਮ ਕੁਦਰਤ ਦੇ ਵਿੱਚ ਹੈਗਾ ਆ ਵੀ ਕਿਸੇ ਕੋਲ ਦੈਵੀ ਸ਼ਕਤੀ ਨਹੀਂ ਹੋ ਸਕਦੀ, ਹਾਂਜੀ, ਜੇ ਉਹ ਤੁਸੀਂ ਇਹ ਕਹਿਣਾ ਆ ਵੀ ਬ੍ਰਾਹਮਣ ਦੇ ਦੇਵਤਿਆਂ ਕੋਲ ਨਹੀਂ ਹੈਗੀ ਪਰ ਤੁਸੀਂ ਕਹਿੰਦੇ ਗੁਰੂ ਸਾਹਿਬ ਕੋਲ ਹੈਗੀ ਆ, ਅਤਕਥਨੀਆਂ ਉਹ। ਬਿਲਕੁਲ ਜੀ, ਹੁਣ ਗੁਰਬਾਣੀ ਦੀ ਪੰਕਤੀ ਜਿੱਥੇ ਮਰਜ਼ੀ ਹੋਵੇ, ਜੇ ਉਹ ਇਸ ਤਰੀਕੇ ਨਾਲ ਟਕਾ ਦਿੱਤੀ, ਤੁਸੀਂ ਤਾਂ ਢੱਡੀਆਂ ਵਾਲੇ ਕਹਿੰਦੇ ਹੁੰਦੇ ਆ ਭਈ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖ ਤੇ ਜੋ ਨਾਰੀ, ਜੇ ਤੁਸੀਂ ਉਹਦੇ ਅਰਥ ਇਹ ਕਰਦੇ ਆ ਵੀ ਤੀਵੀਂ ਤੇ ਬੰਦਾ ਬਣਾਉਂਦਾ ਤਾਂ ਬੰਦੇ ਤੋਂ ਤੀਵੀਂ ਬਣਾਉਂਦਾ, ਅਤਕਥਨੀ ਆ ਭਾਈ ਉਹ। ਬਿਲਕੁਲ ਬਕਵਾਸ ਆ ਉਹ, ਮੈਂ ਤਾਂ ਕਹਿੰਦਾ ਤੁਸੀਂ ਅਤਕਥਨੀ ਨਾ, ਮੈਂ ਕਹਿੰਦਾ ਬਕਵਾਸ ਆ, ਹੁਣ ਪਾਓ ਰੌਲਾ ਵੀ ਹਰੇਕ ਕਹਿੰਦਾ ਗੁਰਬਾਣੀ ਬਕਵਾਸ ਆ, ਨਹੀਂ ਤੁਹਾਡੀ ਹਰਾਮਖੋਰੀ ਜਿਹੜੀ ਆ ਜਿਹੜੇ ਅਰਥ ਕਰਦੇ ਆ ਤੁਸੀਂ ਉਹਦੇ ਬਾਰੇ ਗੱਲ ਹੋਈ ਆ। ਜਿਹੜੀ ਕੋਈ ਇਦਾਂ ਦੀ ਗੱਲ ਹੁੰਦੀ ਉਹਦਾ ਕਲਿੱਪ ਸਾਡਾ ਆਡੀਓ ਚੱਕ ਕੇ ਸੁਣਾਇਆ ਕਰੋ, ਆਪਣੀ ਮਰਜ਼ੀ ਨਾਲ ਨਾ ਉਹਦੇ ਅਰਥ ਕਰਿਆ ਕਰੋ, ਠੀਕ ਆ। ਹਾਂਜੀ, ਫਿਰ ਕਹਿੰਦਾ ਸਿੱਖਾਂ ਨੂੰ ਗੁਰਬਾਣੀ ਨਾਲੋਂ ਦੂਰ ਕੀਤਾ ਜਾ ਰਿਹਾ, ਅੱਜ ਹਰ ਪੰਥ ਦਰਬੀ ਵੀਰ ਭੈਣ ਨੂੰ ਜਾਗਣ ਦੀ ਲੋੜ ਆ, ਨਹੀਂ ਤਾਂ ਇਹ ਲੋਕ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਦੇ ਰਹਿਣਗੇ ਅੱਗੇ ਤੋਂ। ਭਾਈ ਜਿਹੜਾ ਵੀ ਕੋਈ ਸਾਡੇ ਬਾਰੇ ਤੁਸੀਂ ਲਿਖ ਕੇ ਦੇਣਾ ਹੋਇਆ ਭੇਜ ਦਿਓ, ਅਸੀਂ ਜ਼ਰੂਰ ਸਾਰਾ ਅੱਖਰ ਅੱਖਰ ਪੜ੍ਹ ਕੇ ਸੁਣਾਵਾਂਗੇ ਤਾਂ ਕਿ ਸਰੋਤਿਆਂ ਨੂੰ ਤੁਹਾਡੇ ਮਾਧਿਅਮ ਤੁਹਾਡੇ ਸਾਧਨਾਂ ਰਾਹੀਂ ਤਾਂ ਪਤਾ ਲੱਗਦਾ ਹੀ ਆ, ਰੇਡੀਓ ਵਿਰਸਾ ਦੇ ਰਾਹੀਂ ਵੀ ਤੁਹਾਡਾ ਕਿਹਾ ਹੋਇਆ ਸੱਚ ਚੰਗੀ ਤਰ੍ਹਾਂ ਸਮਝ ਆ ਜਾਏ। ਕੋਈ ਆਡੀਓ ਵੀਡੀਓ ਤੁਹਾਡੇ ਕੋਲ ਹੋਵੇ ਉਹ ਦੇ ਦਿਆ ਕਰੋ, ਉਹ ਅਸੀਂ ਇੱਥੇ ਪੂਰੀ ਦੀ ਪੂਰੀ ਸੁਣਾ ਕੇ ਗੱਲ ਕਰਿਆ ਕਰਾਂਗੇ, ਸਾਨੂੰ ਕੋਈ ਇਹਦੇ ਵਿੱਚ ਸੰਗ ਸ਼ਰਮ ਨਹੀਂ ਹੈਗੀ। ਅਸੀਂ ਚਾਹੁੰਦੇ ਹਾਂ ਜਿਹੜੇ ਬੰਦੇ ਤੁਹਾਡਾ ਸੱਚ ਸੁਣ ਕੇ ਤੁਹਾਡੀਆਂ ਦਲੀਲਾਂ ਸੁਣ ਕੇ ਇਸ ਗੱਲ ਨੂੰ ਹਟਣਾ ਚਾਹੁੰਦੇ, ਰੇਡੀਓ ਵਿਰਸਾ ਸੁਣਨਾ ਛੱਡਣਾ ਚਾਹੁੰਦੇ, ਛੱਡ ਜਾਣ, ਉਹ ਤੁਹਾਡੇ ਨਾਲ ਚੱਲ ਜਾਣ, ਉਹ ਪ੍ਰਚਾਰਕਾਂ ਦੀ ਗੱਲ ਸੁਣ ਲੈਣ, ਉਹ ਸਾਨੂੰ ਕੋਈ ਪ੍ਰੋਬਲਮ ਨਹੀਂ ਉਹਦੇ ਵਿੱਚ। ਅੱਗੇ ਕਹਿੰਦੇ ਆ ਵੀ ਗਿਆਨੀ ਭਾਵ ਗਿਆਨਵਾਨ, ਗਿਆਨੀ ਸ਼ਬਦ ਗਿਆਨਵਾਨ ਇਨਸਾਨ ਲਈ ਹੀ ਵਰਤਿਆ ਜਾਂਦਾ ਹੈ। ਜਿਹੜਾ ਮਨੁੱਖ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਕੇ ਗਿਆਨਵਾਨ ਮਨੁੱਖ ਬਣ ਜਾਂਦਾ ਉਹ ਜ਼ਿੰਮੇਵਾਰ ਇਨਸਾਨ ਵੀ ਹੋਵੇਗਾ। ਜੋ ਇਕੱਲਾ ਜ਼ਿੰਮੇਵਾਰ ਹੋਵੇਗਾ ਉਹ ਜ਼ਰੂਰੀ ਨਹੀਂ ਗੁਰਮਤਿ ਦਾ ਗਿਆਤਾ ਵੀ ਹੋਵੇ। ਚੋਰ ਡਾਕੂ ਲੁਟੇਰੇ ਆਦਿਕ ਲੋਕ ਆਪਣਾ ਕੰਮ ਜ਼ਿੰਮੇਵਾਰੀ ਨਾਲ ਤਾਂ ਕਰਦੇ ਹਨ, ਫਿੱਟੇ ਮੂੰਹ ਤੇਰਾ ਬਲਰਾਜ। ਜੇ ਤੈਨੂੰ ਢੱਡਰਿਆਂ ਵਾਲੀ ਦੀ ਇਹ ਗੱਲ ਕਹਿਣੀ ਤੇ ਜ਼ਿੰਮੇਵਾਰੀ ਚੱਕੋ, ਤੈਨੂੰ ਇਹ ਲੱਗਦੀ ਆ ਵੀ ਚੋਰ ਲੁਟੇਰੇ ਤੇ ਗੁੰਡੇ ਤੇ ਡਾਕੂ ਉਹ ਜ਼ਿੰਮੇਵਾਰੀ ਕਹਿ ਰਹੇ ਤਾਂ ਲਾਣ ਪਿਆ ਯਾਰ ਤੁਹਾਡੇ,
ਸਾਨੂੰ ਹੁਣ ਸਰੋਤਿਆਂ ਨੂੰ ਬੇਨਤੀ ਆ ਕਿ ਇਹ ਬੰਦੇ ਉਹਨਾਂ ਗੱਲਾਂ ਦੇ ਵਿੱਚ ਇਸ ਤਰੀਕੇ ਨਾਲ ਜਾਣੀ ਇਹਨੇ ਸਹੁੰ ਖਾ ਲਈ ਤੇ ਹਰ ਗੱਲ ਦੇ ਵਿੱਚ ਆਪਣੀ ਬੇਅਕਲੀ ਦਾ ਜਨਾਜ਼ਾ ਜਿਹੜਾ ਹੈ ਨਾ ਉਹ ਏਦਾਂ ਮੋਢਿਆਂ ਤੇ ਚੱਕ ਕੇ ਰੱਖਣਾ ਬਿਲਕੁਲ ਸਾਰੀ ਦੁਨੀਆਂ ਦੇਖੇ ਵੀ ਸਿੱਖ ਜਿਹੜੇ ਆ ਕਿੰਨੇ ਬੇਵਕੂਫ ਹੁੰਦੇ ਆ ਬਿਲਕੁਲ ਜਿਹੜੇ ਪੱਗਾਂ ਵਾਲੇ ਆ ਨਾ ਹਿੰਦੂ ਐਵੇਂ ਹੀ ਸਟੇਟਮੈਂਟਾਂ ਦਿੰਦੇ ਤੇ ਇਹ ਪੱਗਾਂ ਥੱਲੇ ਬਸ ਕੇਸ ਸੰਭਾਲੇ ਆ ਤੁਸੀਂ ਨਾ ਨਾ ਕੇਸ ਕੀ ਬੰਨੀਆਂ ਥੱਲੇ ਪੱਗੜੇ ਬੰਨੇ ਆ ਦਿਮਾਗ ਨੀ ਸਾਂਭਿਆ ਜੇ ਰੱਖਿਆ ਹੁੰਦਾ ਮੂਰਖਾ ਆਹ ਦਲੀਲਾਂ ਦਿੰਦਾ ਕਹਿੰਦਾ ਚੱਕਲੇ ਚਲਾਉਣ ਵਾਲੀਆਂ ਔਰਤਾਂ ਵੀ ਆਪਣਾ ਕੰਮ ਜਿੰਮੇਵਾਰੀ ਨਾਲ ਕਰਦੀਆਂ ਫਿੱਟੇ ਮੂੰਹ ਤੇਰਾ ਉਨ੍ਹਾਂ ਦੀ ਆਗੂ ਔਰਤ ਦੀ ਜਿੰਮੇਵਾਰੀ ਹੁੰਦੀ ਹੈ ਕਿ ਦੂਜੀਆਂ ਔਰਤਾਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਡੇਰੇਦਾਰ ਆਪਣੇ ਡੇਰੇ ਵੀ ਪੂਰੀ ਜਿੰਮੇਵਾਰੀ ਨਾਲ ਚਲਾਉਂਦੇ ਆ ਪਰ ਉਨ੍ਹਾਂ ਤੇ ਗੁਰਮਤ ਗਿਆਨ ਘੱਟ ਪੁਜਾਰੀ ਵਿਰਤੀ ਜ਼ਿਆਦਾ ਹੁੰਦੀ ਆ ਜਿਸ ਨਾਲ ਉਹ ਸਮਾਜ ਦਾ ਸ਼ੋਸ਼ਣ ਕਰਦੇ ਆ ਰਣਜੀਤ ਸਿੰਘ ਖੁਦ ਵੀ ਇੱਕ ਡੇਰਾ ਚਲਾਉਂਦਾ ਆਓ ਪਹਿਲਾਂ ਗੁਰਬਾਣੀ ਦੇ ਕੁਝ ਸ਼ਬਦ ਵਿਚਾਰਦੇ ਆ ਫਿਰ ਅੱਗੇ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕਾਂ ਚ ਗਿਆਨੀ ਦੀ ਪਰਿਭਾਸ਼ਾ ਇੰਜ ਦਰਜ ਹੈ ਫਿਰ ਇਹ ਕਹਿੰਦੇ ਆ ਭਾਈ ਤੁਸੀਂ ਰੇਡੀਓ ਬਿਰਸ ਵਾਲੇ ਇਹ ਕਿਉਂ ਕਹਿੰਦੇ ਆ ਭਾਈ ਜਿਹੜੀ ਗੁਰਬਾਣੀ ਆ ਉਹ ਉਤੇ ਬੈਨ ਹੋਣਾ ਚਾਹੀਦਾ ਬਲਰਾਜ ਵਰਗੇ ਲਈ ਮੈਂ ਕਹਿੰਦਾ ਬਿਲਕੁਲ ਬੈਨ ਹੋਣੀ ਚਾਹੀਦੀ ਬਿਲਕੁਲ ਠੀਕ ਆ ਹੁਣ ਇਹ ਵੈਸੇ ਵੀ ਜਿਹੜੇ ਬੰਦੇ ਭਾਈ ਰਣਜੀਤ ਸਿੰਘ ਹੁਣਾਂ ਨੂੰ ਜਾਣਦੇ ਆ ਜਿਹੜੇ ਜਦੋਂ ਅਮਰੀਕਾ ਦੇ ਵਿੱਚੋਂ ਪਿੱਛੇ ਗਏ ਆ ਜਿਨ੍ਹਾਂ ਨੇ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਅਟਵਾਲ ਹੁਣੀ ਜਿੰਨੇ ਵੀ ਹੈਗੇ ਆ ਉਹ ਬੰਦਿਆਂ ਨੂੰ ਇਹ ਗੱਲਾਂ ਚਰਕ ਕੰਨ ਖੋਲ ਕੇ ਸੁਣਨੀਆਂ ਚਾਹੀਦੀਆਂ ਵੀ ਇਹ ਬੰਦੇ ਯੋਗ ਹੈਗੇ ਆ ਵੀ ਇਹਨਾਂ ਨੂੰ ਨਾਲ ਬਿਠਾਇਆ ਜਾ ਸਕੇ ਇਨ੍ਹਾਂ ਨੂੰ ਇਹ ਵੀ ਡਰ ਨਹੀਂ ਲੱਗਦਾ ਵੀ ਉਹ ਅਜੇ ਤਾਂ ਆ ਜਿਹੜੀ ਹੁਣ ਸਟੇਟਮੈਂਟ ਦੀ ਗੱਲ ਆਈ ਆ ਉਹ ਹੋਣੀ ਆ ਜਿਵੇਂ ਕਿਹਾ ਵੀ 2 ਸਾਲ ਤਾਂ ਮੈਂ ਛੱਡ ਦੇਣਾ ਉਹਨੇ ਗਾਹਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਵੀ ਗਾਹਾਂ ਜਦੋਂ ਹੋ ਜਾਊਗਾ ਸਾਰਾ ਕੁਛ ਤੁਹਾਡੀ ਔਕਾਤ ਕੀ ਰਹਿ ਜਾਊਗੀ ਲੋਕਾਂ ਦੀ ਨਜ਼ਰ ਚ ਬਿਲਕੁਲ ਜੀ ਠੀਕ ਹੈ ਉਹ ਆ ਸ਼ੁਕਰ ਹੋਇਆ ਚਲੋ ਸਾਹਮਣੇ ਮੇਰੇ ਵੀਰ ਨੇ ਪੋਸਟ ਭੇਜ ਦਿੱਤੀ ਤਾਂ ਮੇਰੇ ਸਾਹਮਣੇ ਆ ਗਈ ਨਹੀਂ ਤਾਂ ਰਹਿ ਹੀ ਜਾਣੀ ਸੀ ਰਹੀ ਉਹ ਫਿਰ ਸਾਡੇ ਮੰਗਲਵਾਰ ਤੇ ਜਾਣੀ ਸੀ ਤਾਜ਼ੀ ਗਾਹਾਂ ਨੂੰ ਭਰਾਵੋ ਹੋਰ ਵੀ ਵੀਰਾਂ ਨੂੰ ਬੇਨਤੀ ਵੀ ਜਿੰਨਾ ਕਿ ਇਹਨਾਂ ਦਾ ਸਮਾਨ ਹੁੰਦਾ ਸਾਨੂੰ ਦੇ ਦਿਆ ਕਰੋ ਪੰਕਤੀ ਜੀ ਨੇ ਉਹ ਸ਼ਲੋਕ ਲਿਖਿਆ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਅਰਥ ਜਿਹੜਾ ਮਨੁੱਖ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਕਿਸੇ ਤੋਂ ਡਰਦਾ ਵੀ ਨਹੀਂ ਕਿਸੇ ਦਾ ਭੈ ਨਹੀਂ ਕਬੂਲਦਾ ਨਾਨਕ ਆਖਦਾ ਇਹ ਮਨ ਸੁਣ ਉਸ ਮਨੁੱਖ ਨੂੰ ਆਤਮ ਜੀਵਨ ਵਾਲਾ ਸਮਝ ਪਹਿਲਾਂ ਡੇਰੇਦਾਰ ਪ੍ਰਚਾਰਕਾਂ ਨੇ ਗਿਆਨੀ ਤੇ ਬ੍ਰਹਮ ਗਿਆਨੀ ਦੇ ਗਲਤ ਅਰਥ ਕਰਕੇ ਸਿੱਖਾਂ ਨੂੰ ਲੰਬੇ ਅਰਸੇ ਤੱਕ ਗੁੰਮਰਾਹ ਕੀਤਾ ਉਨ੍ਹਾਂ ਦੀ ਰੱਜ ਕੇ ਆਰਥਿਕ ਲੁੱਟ ਕੀਤੀ ਹੁਣ ਅੱਜ ਦੇ ਅਪਗ੍ਰੇਡ ਪ੍ਰਚਾਰਕ ਇਨ੍ਹਾਂ ਗੁਰਮੁਖਤਾਈ ਵਾਲੇ ਸ਼ਬਦਾਂ ਨੂੰ ਰੱਦ ਕਰਕੇ ਨਵੇਂ ਸ਼ਬਦ ਪ੍ਰਚਲਿਤ ਕਰਨ ਲੱਗ ਪਏ ਹਨ ਸਿੱਖ ਫਿਲਾਸਫੀ ਅਨੁਸਾਰ ਸੂਝਵਾਨ ਹੋਇਆ ਭਾਵ ਗਿਆਨਵਾਨ ਹੋਇਆ ਇਨਸਾਨ ਹੀ ਸਮਾਜ ਦਾ ਜ਼ਿੰਮੇਵਾਰ ਇਨਸਾਨ ਬਣ ਸਕਦਾ ਇਹ ਤਾਂ ਸਿੱਖ ਫਿਲਾਸਫੀ ਤਾਂ ਹੈਗੀ ਆ ਹਾਂਜੀ ਪਰ ਸਵਾਲ ਤਾਂ ਇਹ ਆ ਵੀ ਜਿਹੜੇ ਗਿਆਨਵਾਨ ਆ ਉਨੀ ਹੁਣ ਬਲਰਾਜ ਗੋਲਡੀ ਉਹਨਾਂ ਨੂੰ ਪੁੱਛੋ ਵੀ ਤੁਸੀਂ ਸ਼ਵੀਲ ਆਪਣੀ ਜਿਹੜੀਆਂ ਸਟਾਲਾਂ ਲਾ ਕੇ ਹਾਂਜੀ ਆਰਟੀਕਲ ਲਿਖ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣ ਦਾ ਜਿਹੜਾ ਸਾਰਾ ਕੰਮ ਆ ਉਹ ਕਰ ਦਿੱਤਾ ਵੀ ਬਸ ਸਾਡੀ ਜ਼ਿੰਮੇਵਾਰੀ ਨਿਭਾਈ ਹਾਂਜੀ ਠੀਕ ਹੈ ਹੁਣ ਜਿਹੜੀ ਜਿਹੜੀ ਜਿਹੜੇ ਜ਼ਿੰਮੇਵਾਰ ਜੇ ਜ਼ਿੰਮੇਵਾਰ ਹੁੰਦੇ ਤੁਸੀਂ ਜੇ ਸਮਝਦੇ ਉਹਨੂੰ ਤੇ ਅਮਰੀਕਾ ਦੇ ਵਿੱਚ ਇੱਕ ਅੱਧੀ ਸੰਸਥਾ ਨਾ ਖੜੀ ਕਰਦੇ ਬਿਲਕੁਲ ਹੁਣ ਤੁਹਾਡੇ ਤੋਂ ਵੱਡਾ ਗਿਆਨਵਾਨ ਕਿਹੜਾ ਹੋਣਾ ਹੈ ਉਹ ਜੀਣ ਵਾਲੇ ਹੁਣੀ ਆ ਉਹ ਸਾਰੇ ਸਾਲ ਦੇ ਵਿੱਚ ਇੱਕ ਮੈਗਜ਼ੀਨ ਕੱਢ ਲਿਆ ਤੇ ਆਹ ਕਰ ਲਿਆ ਰੌਲਾ ਪਾ ਕੇ ਮੁੜ ਕੇ ਉਹ ਸੈਂਟਰਾਂ ਦੀ ਜਿਹੜੀ ਜਿੰਨਾ ਵੀ ਕੰਮ ਜਿਹੜਾ ਆ ਉਹ ਲਹਿਰ ਵਾਲਾ ਕਿੱਥੇ ਗਿਆ ਜਦੋਂ ਅਸੀਂ ਗਰੀਬਾਂ ਦੇ ਉੱਥੇ ਕੱਪੜੇ ਦੇਣ ਨੂੰ ਅਸੀਂ ਉਹਨਾਂ ਦੇ ਪੈਸੇ ਦੇਣ ਨੂੰ ਫੀਸਾਂ ਦੇਣ ਨੂੰ ਉਹ ਕਰ ਰਹੇ ਘਰ ਬਣਾਉਣ ਨੂੰ ਉਹਨੂੰ ਸਮਾਨ ਕਰਨ ਨੂੰ ਪੜਾਉਣੇ ਨੂੰ ਇਹ ਕੰਮ ਅਸੀਂ ਕਰ ਰਹੇ ਹਾਂ ਉਹਨਾਂ ਉਹ ਸਟੇਟ ਦੇ ਕੰਮ ਕਰਕੇ ਅਸੀਂ ਕੌਮ ਦਾ ਭਲਾ ਕਿੱਥੇ ਕਰ ਰਹੇ ਹਾਂ ਪਤਾ ਨੀ ਚਲੋ ਅੱਗੇ ਕਹਿੰਦੇ ਵੀ ਗਿਆਨ ਤੇ ਅਨੁਗੁਣ ਸੰਜਮ ਨਾਹੀਂ ਜਨਮ ਮਰੋਗੇ ਝੂਠੇ ਮਹਿਲਾ ਪਹਿਲਾ ਗੁਰੂ ਗ੍ਰੰਥ ਸਾਹਿਬ ਪੰਨਾ 75 ਭਾਵ ਗੁਰੂ ਦੇ ਗਿਆਨ ਅਤੇ ਅਕਾਲ ਪੁਰਖ ਨੇ ਰੱਬੀ ਗੁਣਾਂ ਨੂੰ ਧਿਆਨ ਵਿਚ ਵਸਾਉਣ ਤੋਂ ਬਿਨਾਂ ਹੀ ਮਨੁੱਖ ਆਤਮ ਤੌਰ ਤੇ ਜੰਮਣ ਮਰਨ ਦਾ ਗੇੜ ਪਿਆ ਰਹੇਗਾ ਹੁਣ ਉਹ ਗਿਆਨ ਮਿਲੂ ਕਿੱਥੋਂ ਗੁਰਬਾਣੀ ਫਰਮਾਨ ਹੈ ਭਾਈ ਦੇ ਗੁਰਬਿਨ ਗਿਆਨ ਨਾ ਹੋਏ ਗੁਰਬਿਨ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ ਗਿਆਨ ਕਾ ਬੰਦਾ ਮਰ ਰਹੇ ਗੁਰਬਿਨ ਗਿਆਨ ਨਾ ਹੋਏ ਅੱਜ ਗਿਆਨੀ ਗਿਆਨਵਾਨ ਆਦਿਕ ਗੁਰਮਤ ਨਾਲ ਸੰਬੰਧਿਤ ਸ਼ਬਦਾਂ ਨੂੰ ਦਰਕਨਾਰ ਕਰਕੇ ਜਿੰਮੇਵਾਰ ਸ਼ਬਦ ਨੂੰ ਪ੍ਰਚਲਿਤ ਕਰਕੇ ਅਸਿੱਧੇ ਰੂਪ ਚ ਗੁਰਮਤ ਸਿਧਾਂਤਾਂ ਦੀ ਜੜੀ ਤੇਲ ਦਿੱਤਾ ਜਾ ਰਿਹਾ ਵਾਹ ਸ਼ਾਬਾਸ਼ ਤੁਹਾਡੇ ਅਕਲਮੰਦੋ ਇਹ ਵੀ ਇੱਕ ਘੱਲੂ ਘਰਾ ਵਰਤਾਇਆ ਜਾ ਰਿਹਾ ਹੈ ਅਪਗ੍ਰੇਡਤਾ ਦੇ ਨਾਮ ਉਪਰ ਮਿੱਠੇ ਚ ਲਪੇਟ ਕੇ ਜ਼ਹਿਰ ਦਿੱਤਾ ਜਾ ਰਿਹਾ ਜਿਹੜੀਆਂ ਸੰਸਥਾਵਾਂ ਗੁਰਮਤ ਦੇ ਰਸੀਏ ਕਥਾਵਾਚਕ ਵਿਦਵਾਨ ਪੈਦਾ ਕਰਦੀਆਂ ਉਨ੍ਹਾਂ
ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਸੀਂ ਬਹੁਤ ਸਾਰੇ ਅਜਿਹੇ ਗਿਆਨੀਆਂ ਕਥਾਵਾਚਕਾਂ ਨੂੰ ਨਜ਼ਦੀਕ ਤੋਂ ਦੇਖਿਆ ਜਿਹੜੇ ਆਪਣਾ ਸਾਰਾ ਕੰਮ ਆਪ ਕਰਦੇ ਆ। ਕੀ ਇਹ ਜ਼ਿੰਮੇਵਾਰ ਵਾਲਾ ਕੰਮ ਨਹੀਂ ਹੈ? ਭਾਈ ਰਣਜੀਤ ਸਿੰਘ ਜੀ, ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਗੁਰਮਤ ਵਿਚਾਰਾਂ ਗੁਰਮਤਾਂ ਸਬੰਧਤ ਸ਼ਬਦਾਂ ਨਾਲ ਨਹੀਂ ਕਰ ਸਕਦੇ ਤਾਂ ਫਿਰ ਗੁਰੂ ਸਾਹਿਬ ਦਾ ਪ੍ਰਕਾਸ਼ ਕਿਉਂ ਕਰਦੇ ਹੋ? ਕੋਈ ਸਮਾਜਿਕ ਬੰਦੇ ਦੀ ਕਿਤਾਬ ਮੂਹਰੇ ਰੱਖ ਲਿਆ ਕਰੋ। ਆਹ ਕੁਝ ਤੁਹਾਡੇ ਲਈ ਸਵਾਲ ਆ ਜ਼ਿੰਮੇਵਾਰੀ ਵਾਲੇ, ਦੱਸਿਓ ਤੁਸੀਂ ਕਿੰਨੀ ਜ਼ਿੰਮੇਵਾਰੀ ਨਿਭਾਉਂਦੇ ਹੋ। ਅੱਛਾ ਜੀ, ਸਵਾਲ ਆ 8, ਠੀਕ ਹੈ। ਕਹਿੰਦਾ ਕੀ ਤੁਸੀਂ ਆਪਣੇ ਕੱਪੜੇ ਆਪ ਧੋਂਦੇ ਹੋ? ਨੰਬਰ 2, ਕੀ ਤੁਸੀਂ ਆਪਣੇ ਕੱਪੜੇ ਆਪ ਪ੍ਰੈਸ ਕਰਦੇ ਹੋ? ਨੰਬਰ 3, ਕੀ ਤੁਸੀਂ ਆਪਣਾ ਖਾਣਾ ਆਪ ਤਿਆਰ ਕਰਦੇ ਹੋ? ਨੰਬਰ 4, ਕੀ ਤੁਸੀਂ ਆਪਣੀ ਕਾਰ ਆਪ ਚਲਾਉਂਦੇ ਹੋ? ਨੰਬਰ 5, ਕੀ ਪਰਮੇਸ਼ਰ ਦੁਆਰ ਦੀਆਂ ਟੋਇਲਟਾਂ ਤੁਸੀਂ ਆਪ ਸਾਫ ਕਰਦੇ ਹੋ? ਵਿਚਾਲੇ ਇੱਕ ਭੁੱਲ ਗਿਆ, ਕਾਰ ਧੋਣ ਬਾਰੇ ਨਹੀਂ ਪੁੱਛਿਆ ਵੀ ਕੀ ਤੁਸੀਂ ਆਪਣੀ ਕਾਰ ਆਪ ਧੋਂਦੇ ਹੋ। ਨੰਬਰ 6, ਕੀ ਤੁਸੀਂ ਸਟੇਜ ਉਪਰ ਆਪ ਖੁਦ ਬਿਨਾਂ ਸਾਰਾ ਚੜਦੇ ਹੋ? ਨੰਬਰ 7, ਕੀ ਤੁਸੀਂ ਆਪਣੇ ਸਾਜ਼ ਆਪ ਚੁੱਕ ਕੇ ਸਟੇਜ ਉਪਰ ਜਾਂਦੇ ਹੋ? ਨੰਬਰ 8, ਕੀ ਤੁਸੀਂ ਗ੍ਰਹਿਸਥ ਧਾਰਨ ਕਰਕੇ ਪਰਿਵਾਰਕ ਜ਼ਿੰਮੇਵਾਰੀ ਨਿਭਾਈ? ਸਵਾਲ ਤਾਂ ਹੋਰ ਵੀ ਆ, ਪਰ ਇਨ੍ਹਾਂ ਦੇ ਜਵਾਬ ਦੇ ਦਿਓ। ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ ਤਾਂ ਤੁਹਾਡੇ ਗੜਵਈ ਸਿੱਧੇ ਅਗਲੇ ਦੀ ਰਸੋਈ ਚ ਜਾ ਵੜਦੇ ਆ। ਉਹ ਘਰ ਦੀਆਂ ਮਾਲਕਣ ਔਰਤਾਂ ਨੂੰ ਬਾਹਰ ਕਰ ਦਿੰਦੇ ਆ ਅਤੇ ਕਹਿੰਦੇ ਬਾਬਾ ਜੀ ਨੇ ਚਾਹ ਪਾਣੀ ਅਸੀਂ ਤਿਆਰ ਕਰਾਂਗੇ। ਇਹ ਕਿਹੜੀ ਜ਼ਿੰਮੇਵਾਰੀ ਹੈ? ਕੀ ਇਹ ਹਾਲੇ ਵੀ ਬਾਬਾਗਿਰੀ ਨਹੀਂ ਚੱਲ ਰਹੀ? ਭਾਈ ਸਾਹਿਬ, ਤੁਸੀਂ ਬਾਥਰੂਮ ਵੀ ਆਪਣਾ ਗੜਵਈ ਨਾਲ ਲੈ ਕੇ ਜਾਂਦੇ ਹੋ, ਤੁਸੀਂ ਕਿਹੜੀ ਜ਼ਿੰਮੇਵਾਰੀ ਸਿੱਖ ਸੰਤਾਂ ਨੂੰ ਸਿਖਾ ਰਹੇ ਹੋ? ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ, ਫਿਰ ਕਿਸੇ ਨੂੰ ਜ਼ਿੰਮੇਵਾਰੀ ਦਾ ਪਾਠ ਪੜਾਇਓ। ਜਿਹੜਾ ਬੰਦਾ ਗ੍ਰਹਿਸਥ ਦੀ ਜ਼ਿੰਮੇਵਾਰੀ ਤੋਂ ਬਾਗੀ ਹੋ ਕੇ ਘਰ ਬਾਰ ਛੱਡ ਜਾਏ ਉਸ ਨੂੰ ਤਾਂ ਗੁਰਬਾਣੀ ਵੀ ਨਕਾਰਦੀ ਹੈ। ਚੱਲਦਾ ਜਤੀ ਸਦਾਵੈ ਜੁਗਤ ਨਾ ਜਾਣੈ ਛੱਡ ਬਹੇ ਘਰ ਬਾਰ। ਬਲਰਾਜ ਸਿੰਘ ਸਪੋਕਨ ਤੇ ਥੱਲੇ ਸੁਖਵਿੰਦਰ ਸਿੰਘ ਦਦੇਹਰ ਦੀ ਫੋਟੋ ਆ ਜੀ, ਹਾਂਜੀ, ਪ੍ਰੈਕਟ ਤੇ ਬੈਠਿਆਂ ਦੀ ਤੇ ਨਾਲ ਢੱਡਰੀਆਂ ਵਾਲਿਆਂ ਦੀ ਫੋਟੋ ਆ। ਜਦੋਂ ਸਟੇਜ ਤੇ ਚੜਦੇ ਆ ਜਾਂ ਉਤਰਦੇ ਆ, ਇੱਕ ਸਿੰਘ ਦਾ ਉਨ੍ਹਾਂ ਨੇ ਹੱਥ ਫੜਿਆ, ਠੀਕ ਆ, ਤੇ ਇੱਕ ਤਾਂ ਹੋਰ ਥੱਲੇ ਦਦੇਹਰ ਦੀ ਫੋਟੋ, ਕਣਕ ਦਾ ਬੋਲ ਲੱਗਾ ਆ ਉਹਦੇ ਕੋਲ ਆ। ਤੇ ਇਹ ਚਲੋ